ਅਧਿਆਪਕ ਦਿਵਸ ਦੇ ਮੌਕੇ 'ਤੇ ਮੈਂ ਵਧਾਈ ਵੀ ਦਿੰਦਾ, ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਵੀ। ਦੇਖੋ ਇੱਕ ਗੱਲ ਹੋਰ ਵੀ ਹੈ, ਤੁਸੀਂ ਸਕੂਲਾਂ ਦੇ ਵਿੱਚ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਭਾਵੇਂ ਅੱਧਾ ਪੀੜ ਵੱਧ ਲਾ ਲਓ, ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਅਤੇ ਪੜ੍ਹਾਉਣੀ ਜ਼ਰੂਰ ਸਿੱਖੋ, ਲਿਖਣੀ ਜ਼ਰੂਰ ਸਿਖਾਓ, ਸ਼ੁੱਧ ਪੰਜਾਬੀ। ਆਪਣੇ ਬੱਚੇ ਜਦੋਂ ਇੱਥੇ ਟੈਸਟ ਦੇਣ ਆਉਂਦੇ ਨੇ, ਸੇਵਾ ਵਿਖੇ ਤੋਂ ਬਾਅਦ ਲਿਖਣਾ ਹੀ ਨਹੀਂ ਆਉਂਦਾ ਕੁਛ। ਸੋ ਹੋਰ ਭਰਤੀ ਕਰਾਂਗੇ, ਪੰਜਾਬੀ ਟੀਚਰਸ ਦੀ ਭਰਤੀ ਕਰਾਂਗੇ, ਬਹੁਤ ਸਾਰੇ ਪੰਜਾਬੀ ਲੈਕਚਰਰ ਦੀ ਭਰਤੀ ਕਰਾਂਗੇ। ਆਪਣੀ ਬੋਲੀ ਜਿਹੜੀ ਆ ਉਹ ਨਹੀਂ ਇੱਧਰ ਉੱਧਰ ਹੋਣੀ ਚਾਹੀਦੀ, ਕਿਉਂਕਿ ਜੇ ਬੋਲੀ ਉਹ ਚਲੀ ਗਈ ਫਿਰ ਕੀ ਰਹਿ ਗਿਆ। ਸੋ ਪੰਜਾਬੀ ਮਾਂ ਬੋਲੀ ਆ ਸਾਡੀ, ਜਿਹੜਾ ਬਾਕੀ ਜਿਹੜੀ ਮਰਜ਼ੀ ਭਾਸ਼ਾ ਵਰਤ ਲਓ, ਹਿੰਦੀ ਦਾ ਪੀੜ ਵੀ ਹੋਊਗਾ, ਸਮਾਜਿਕ ਸਿੱਖਿਆ ਦਾ ਵੀ ਹੋਊਗਾ, ਮੈਥ ਦਾ ਵੀ ਹੈ, ਡਰਾਇੰਗ ਦਾ ਪੀੜ ਵੀ ਹੈ। ਸੋ 8-9 ਵਿਸ਼ੇ ਨੇ ਜਿਹੜੇ ਕਿ ਪੜ੍ਹਦਾ ਬੱਚਾ, ਪਰ ਅਸੀਂ ਕੋਸ਼ਿਸ਼ ਸਕੂਲ ਆਫ ਐਮੀਨੈਂਸ ਰਾਹੀਂ ਇਹੀ ਕਰ ਰਹੇ ਹਾਂ ਕਿ ਬੱਚੇ ਦੇ ਇੰਟਰਸਟ ਮੁਤਾਬਕ ਪੜ੍ਹਾਇਆ ਜਾਵੇ, ਵੀ ਉਹਦਾ ਇੰਟਰਸਟ ਕੀ ਹੈ। ਹੁਣ ਪੜ੍ਹਾਈ ਜਾਂਦੇ, ਠੀਕ ਹੈ ਤੁਸੀਂ ਪੜ੍ਹਾਉਂਦੇ ਹੋਵੋਗੇ, ਹਿਸਾਬ ਵਾਲੇ ਮਾਸਟਰ ਜੀ ਬੈਠੇ ਹੋਣੇ ਬਹੁਤ ਸਾਰੇ। ਹੁਣ ਮੈਨੂੰ ਆਪ ਦੱਸ ਦਿਓ ਵੀ ਤੁਸੀਂ ਕਦੇ ਏ ਸਕੇਅਰ ਪਲੱਸ ਬੀ ਸਕੇਅਰ ਪਲੱਸ 2 AB ਦਾ ਫਾਰਮੂਲਾ ਵਰਤ ਕੇ ਬਾਜ਼ਾਰ 'ਚੋਂ ਕੇਲੇ ਖਰੀਦੇ ਆ? ਸਾਨੂੰ ਪੜ੍ਹਾਈ ਜਾਂਦੇ ਜੀ ਟੈਨ ਥੀਟਾ ਕੋਸ ਥੀਟਾ ਨੇ ਜਾਨ ਖਾ ਲਈ ਸਾਡੀ, ਵੀ ਇਹ ਸਾਇੰਸ ਵਾਲਿਆਂ ਨੂੰ ਪੜ੍ਹਾਓ, ਜਿਨ੍ਹਾਂ ਨੇ ਉੱਧਰ ਨੂੰ ਜਾਣਾ ਉਹਨਾਂ ਨੂੰ ਪੜ੍ਹਾਓ, ਸਾਨੂੰ ਕਹਦਾ ਥੀਟਾ। ਇਹ ਮੈਂ ਗੱਲ ਕਹੀ ਵੀ ਸੀ ਇੱਕ ਜਗ੍ਹਾ 'ਤੇ TV ਚੈਨਲ 'ਤੇ, ਉਹ ਨਾ ਪੜ੍ਹਾਉਂਦੇ ਸਾਨੂੰ ਕੁਛ ਹੋਰ ਹੈ, ਸਿਲੇਬਸ ਕੁਛ ਹੋਰ ਹੈ, ਜ਼ਿੰਦਗੀ 'ਚ ਕੰਮ ਕੁਛ ਹੋਰ ਆਉਂਦਾ। ਜਿਹੜਾ ਟੀਚਰ ਸਿਲੇਬਸ ਦੇ ਨਾਲ ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜ੍ਹਾਉਂਦਾ ਰਹਿੰਦਾ ਨਾ, ਸਭ ਤੋਂ ਫੇਵਰੇਟ ਟੀਚਰ ਉਹ ਹੁੰਦਾ ਸਾਰੇ ਬੱਚਿਆਂ ਦਾ। ਵੀ ਯਾਰ ਨਾਲ ਨਾਲ ਹੋਰ ਗੱਲਾਂ ਵੀ ਦੱਸਦੇ ਆ ਇਹ ਮਾਸਟਰ ਜੀ, ਚਾਹੇ ਉਹ ਜਿਹੜੇ ਮਰਜ਼ੀ ਰੂਪ 'ਚ ਦੱਸਦੇ ਹੋਣ, ਮੈਨੂੰ ਵੀ ਅੱਜ ਯਾਦ ਨੇ ਸਾਰੇ, ਮੇਰੇ ਚੱਡਾ ਰਾਮ ਮਾਸਟਰ ਜੀ, ਨੈਣੂ ਰਾਮ ਜੀ, ਕ੍ਰਿਸ਼ਨ ਕੁਮਾਰ, ਜੀਤ ਸਿੰਘ, ਮੇਰੇ ਜਿਹੜੇ ਗੁਰਦੇਵ ਸਿੰਘ, ਮੇਰੇ ਬਹਾਦਰ ਸਿੰਘ ਜੀ, ਜਿਹਨੇ ਟੀਚਰ ਮੈਂ ਜਦੋਂ ਵੀ ਮਿਲਦਾ, ਮੈਂ ਜਾਣਾ ਪਿੰਡ ਵੱਲ ਕਿਤੇ ਮੈਂ ਮਿਲਦਾ, ਮੈਂ ਉਹਨਾਂ ਨੂੰ ਪੈਰੀਆਂ ਥਲਾਉਣਾ, ਕਿੰਨੀ ਖੁਸ਼ੀ ਹੁੰਦੀ ਹੁਣ।